ਬਿਸਮਿਲ੍ਲਾ ਰਹਿਮਾਨ ਰਹੀਮ। ਮੇਰੇ ਸਾਰੇ ਦੋਸਤਾਂ ਵੇਖਣ ਨੂੰ ਅਸਲਾਮ ਵਾਲੇਕਮ। ਅੱਛਾ, ਮੈਂ ਅੱਜ ਤੁਹਾਨੂੰ ਇੱਕ ਗੱਲ ਦੱਸਾਂ ਕਿ ਜੋ ਲੋਕ ਅਣਜਾਣ ਵਿਚਾਰੇ ਆਉਂਦੇ ਨਾ, ਉਹ ਅੰਦਰੋਂ ਸੌਦਾ ਭੇਜਦੇ ਨਾ, ਛਾਬੇ ਵਾਲੇ ਦੀ ਵਾਕਫੀ ਜ਼ਰੂਰ ਲਵਣ, ਕਿਸੇ ਦੀ ਵਾਕਫੀ ਲਵਣ ਕਿ ਬਾਅਦ 'ਤੇ ਬੰਦਾ ਉਹਨੂੰ ਪਕੜਨ ਵਾਲਾ ਬਣੇ। ਇਹ ਤਾਂ ਛਾਬੇ ਵਾਲੇ ਜਿਹੜੇ ਨਾ ਹੇਰਾ ਫੇਰੀ ਕਰ ਲੈਂਦੇ, ਲੈ ਕੇ ਨਿਕਲ ਜਾਂਦੇ ਨੇ ਛਾਬੇ। ਹਰ ਸੂਰਤ ਵਾਕਫੀ ਲਵਣ, ਵਾਕਫੀ ਲੈ ਕੇ ਅੱਡਿਆਂ 'ਤੇ ਭੇਜਣ, ਠੀਕ ਹੈ ਨਾ, ਐਵੇਂ ਨਾ ਭੇਜਣ, ਨਹੀਂ ਤਾਂ ਲੋਕ ਲੈਂਦੇ ਆਉਂਦੇ ਨੇ ਅਤੇ ਨਿਕਲ ਜਾਂਦੇ ਨੇ, ਫਿਰ ਦੁਬਾਰਾ ਹੱਥੀਂ ਨਹੀਂ ਆਉਂਦੇ। ਅਤੇ ਇਨਸ਼ਾਅੱਲਾ ਰੇਟ ਵੀ ਪੁੱਛਦੇ ਹਾਂ ਜਾ ਕੇ ਸਬਜ਼ੀਆਂ ਦਾ ਕਿ ਰੇਟ ਕੀ ਹੈ। ਅੱਜ ਜੁਮੇ, ਮਾਸ਼ਾਅੱਲਾ ਜੁਮੇ ਦਾ ਰੇਟ ਜਿਹੜਾ ਹੈ ਨਾ ਪਿਆਜ਼ ਦਾ, 700 ਰੁਪਈਆ ਰੇਟ ਮੰਡੀ ਦਾ ਰੇਟ ਹੈ। ਚੰਗਾ ਪਿਆਜ਼, ਲਾਲ ਪਿਆਜ਼, ਲਾਲਾ ਇਹ ਕੁਇਟੇ ਦਾ ਨਾ, ਇਹ ਕੁਇਟੇ ਦਾ ਪਿਆਜ਼ ਹੈ। ਦੇਖੋ ਜੀ, ਇੰਨੀ ਤਿਲਕਣ ਹੈ, ਬੰਦਾ ਵਿਚਾਰਾ ਡਿੱਗ ਪਈ ਹੈ। ਇੰਨੀ ਤਿਲਕਣ ਹੈ ਕਿ ਬੰਦਾ ਵਿਚਾਰਾ ਡਿੱਗ ਪਈ ਹੈ। ਇਹ ਭਾਈ ਹੈਗਾ ਸੀ, ਇਹ ਇੱਥੇ ਡਿੱਗ ਪਿਆ ਸੀ। ਬੈਂਗਣ 250 ਨੂੰ ਤੜੀ, ਇਹਦਾ ਕੀ ਰੇਟ ਹੈ? ਅੱਜ ਕੀ ਆ, ਕੱਦੂ ਵੀ 250 ਨੂੰ। ਲਾਲਾ ਜੀ ਸਲਾਮ ਅਲੈਕਮ। ਲਾਲਾ ਕੀ ਰੇਟ ਟਮਾਟਰਾਂ ਦਾ? 500 ਰੁਪਇਆ ਤੜੀ ਜੀ ਟਮਾਟਰ। ਲਾਲਾ ਭਿੰਡੀ ਕੀ ਰੇਟ ਹੈ? 450। ਪਤਾ ਨਹੀਂ ਪਾਲਕ ਕੀ ਰੇਟ ਹੈ? ਲਾਲਾ ਕੀ ਰੇਟ ਵੇਚ ਰਹੇ? 300। 300 ਰੁਪਈਏ ਪਾਲਕ ਦਾ ਰੇਟ। ਦੇਖੋ ਨਾ, ਪਾਲਕ ਅੱਜ ਬਹੁਤ ਜ਼ਿਆਦਾ ਆਈ ਹੋਈ ਹੈ, ਨਹੀਂ ਤਾਂ ਇਹ 400-500 ਰੇਟ ਹੈਗਾ ਸੀ ਪਾਲਕ। ਮਾਸ਼ਾਅੱਲਾ ਸਬਜ਼ੀਆਂ ਅੱਜ ਵੀ ਠੀਕ ਆਈਆਂ, ਮੁਨਾਸਬ ਰੇਟ ਹੈ। ਲਾਲਾ ਮਟਰਾਂ ਦਾ ਕੀ ਰੇਟ ਹੈ? 1300। ਅਤੇ ਅਰਬੀ? ਅੱਜ ਤੇਰੇ ਕੋਲ ਬੜੀ ਜ਼ਬਰਦਸਤ ਪਈ ਗੋਭੀ, ਕੀ ਰੇਟ ਹੈ? ਗੋਭੀ 500। ਕਾਲੇ 250। ਟਮਾਟਰ 500। ਉੱਥੇ ਧਨੀਆ 200 ਰੁਪਏ ਕਿਲੋ। ਅੱਜ ਕੀ ਰੇਟ? ਅੱਜ ਗਾਜਰਾਂ ਦਾ ਕੀ ਰੇਟ? ਫਲੀਆਂ? ਓਏ ਹੋਏ, ਫਲੀਆਂ ਨਹੀਂ ਹੱਥ ਲਾਉਣ ਦਿੰਦੀਆਂ। ਲੋਕੀ ਕਹਿੰਦੇ ਨੇ ਯਾਰ ਫਲੀਆਂ ਲਿਆਓ, ਫਲੀਆਂ ਲਿਆਓ, ਫਲੀਆਂ 1000 ਰੁਪਏ ਧੜੀ ਬਾਹਰ। ਹਾਂ ਲਾਲਾ, ਕੀ ਰੇਟ ਗਾਜਰਾਂ? 1000 ਰੁਪਏ ਧੜੀ। 200 ਰੁਪਏ ਕਿਲੋ। ਵਿਹਲੇ ਹੋ ਗਏ ਹੈ? ਕੋਈ ਨੀ, ਅੱਲਾ ਕੀਤੀ ਦੋ ਗਾਹਕ ਲੱਗੇ ਤੇ ਬਸ ਗਏ। 300 ਗੋਭੀ ਵੀ ਤਾਂ ਉਹ ਜਿਹੜੀ ਚੰਗੀ ਗੋਭੀ 600-700 ਤੋਂ ਘੱਟ ਨਹੀਂ ਹੈ। ਇਹ ਹੌਲੀ ਹੈ, ਬਿਲਕੁਲ ਹੀ ਹੌਲੀ ਹੈ, ਜ਼ਿਆਦਾ ਹੀ ਹੌਲੀ ਹੈ। ਮਾਸ਼ਾਅੱਲਾ ਸਬਜ਼ੀਆਂ ਦੀ ਕੋਈ ਕਮੀ ਨਹੀਂ ਹੈ, ਕੋਈ ਸਬਜ਼ੀਆਂ ਦੀ ਕਮੀ ਨਹੀਂ ਹੈ। ਬਸ ਉਹ ਹੁਣ ਅੱਗੇ ਇਨਸ਼ਾਅੱਲਾ ਦੂਸਰੀਆਂ ਵੀ ਸ਼ੁਰੂ ਹੋ ਜਾਣਗੀਆਂ ਨਾ, ਮੌਸਮੀ ਵੀ। ਲਾਲਾ ਕੀ ਆ, ਕੀ ਰੇਟ ਹੈ? 250। 250 ਯਾਰ, ਸਹੀ ਰੇਟ ਦੱਸਿਆ। ਛੋਟੇ ਭਾਈ ਅਦਰਕ? 550। ਚਲੋ ਸ਼ੁਕਰ ਹੈ, 50 ਰੁਪਈਆ ਥੱਲੇ ਆ ਗਈ ਹੈ। ਦੇਖੋ ਜੀ, ਕਈ ਸਬਜ਼ੀਆਂ ਉੱਤੇ ਚਲੀਆਂ ਗਈਆਂ, ਕਈ ਥੱਲੇ ਆ ਗਈਆਂ, ਜਿਵੇਂ ਗੋਭੀ ਉਹ ਥੱਲੇ ਆ ਗਈ ਹੋਈ ਹੈ, ਅਰਬੀ ਥੱਲੇ ਨਹੀਂ ਆਈ ਹੈ। ਮਿਰਚਾਂ ਕੀ ਰੇਟ ਲਾਲਾ? 500। ਅਤੇ ਲੰਮੇ ਬੈਂਗਣ? 350।
ਲਾਲਾ ਕੀ ਰੇਟ ਪਾਇਆ ਨੀ? ਹੈ 900 ਰੁਪਏ ਤੜੀ ਹੈ ਜੀ VIP ਕਰੇਲਾ, ਠੀਕ ਹੈ ਨਾ। ਕੀ ਆ ਤੁਹਾਨੂੰ ਦੱਸਿਆ ਅੱਜ 250 ਤੇ 300 ਇਹੋ ਹੀ ਰੇਟ ਹੈ। ਗੋਭੀ ਦਾ 600 ਰੁਪਈਆ ਰੇਟ ਹੈ, ਅਰਬੀ 800 ਰੁਪਈਆ ਰੇਟ ਹੈ। ਲਾਲਾ ਕੀ ਹਾਲ, ਠੀਕ ਹੈ ਲਾਲਾ ਜੀ? ਕੀ ਰੇਟ ਲਾਈ? 300 ਰੁਪਈਏ ਤੁਹਾਡੀ, 60 ਰੁਪਏ ਕਿਲੋ ਹੈ। ਸਹੀ ਹੋ ਜਾ, ਸਹੀ ਹੋ ਜਾ। ਲੰਮੀਆਂ 400 300 ਰੁਪਏ ਤੁਹਾਡੀ ਹਰੀਆਂ। ਬਾਜਾ ਮਾਰੋ ਫਿਰ ਵੀ ਗਾਹਕ ਇੱਕ ਵਾਰੀ ਨਖਰੇ ਚ ਹੈ। ਹਾਂ ਜੁਮਾ ਹੈ ਨਾ, ਮਾਸ਼ਾਅੱਲਾ ਜੀ। ਕਿਹੜੇ ਗੋਭੀ 400, ਕਿਹੜੇ 500, ਕਿਹੜੇ ਚੰਗੀ ਜਿਹੜੀ ਗੋਭੀ ਉਹਦਾ 600 ਰੁਪਈਆ ਰੇਟ, ਅਰਬੀ 800 ਰੁਪਈਆ, ਅਰਬੀ 800 ਤੋਂ ਥੱਲੇ ਨਹੀਂ ਆ ਰਹੇ। ਮਾਸ਼ਾਅੱਲਾ ਜੀ। ਲਾਲਾ ਸਲਾਮ ਅਲੈਕਮ। ਲਾਲਾ ਕੀ ਰੇਟ ਹੈ ਅਰਬੀ ਦਾ? 800 ਯਾਰ, ਅਰਬੀ ਨਹੀਂ ਥੱਲੇ ਆ ਰਹੀ, ਕੀ ਚੱਕਰ ਹੈ? ਅੱਛਾ, ਪਿੱਛੇ ਕਹਿੰਦੇ ਜੀ ਮਹਿੰਗੀ ਹੈਗੀ ਆ। ਮਟਰ ਜਿਹੜੇ ਨਾ, ਮਟਰ ਵੀ ਆ। ਲਾਲਾ ਕੀ ਰੇਟ ਹੈ ਮਟਰ? 1300 ਰੁਪਈਏ ਮਟਰ। ਅੱਗੇ ਇਨਸ਼ਾਅੱਲਾ ਮੇਥੀ ਵੇਖੋ ਨਾ, ਬਾਜਾ ਮਾਰ ਰਹੇ ਨੇ 800 ਰੁਪਏ ਤੜੀ ਮੇਥੀ, ਅੱਜ 800 ਰੁਪਏ ਤੜੀ ਹੈ। ਇੱਕ ਸਾਈਡ ਤੇ 1200, ਇੱਕ ਸਾਈਡ ਤੇ 800, ਲੱਥ ਗਈ ਹੈ। ਮਾਸ਼ਾਅੱਲਾ ਸੌਦੇ ਵਾਧੂ ਹੈ, ਗਾਹਕ ਵੀ ਅੱਜ ਹੈ, ਸੌਦੇ ਵੀ ਵਾਧੂ ਹੈ। ਕਰੇਲਾ ਮਹਿੰਗਾ ਹੈ ਅੱਜ, ਅੱਜ 900 ਰੁਪਏ ਤੜੀ ਹੈ ਕਰੇਲਾ। ਹਾਂ, ਇਹ ਕਰੇਲਾ ਅੱਜ ਮਹਿੰਗਾ ਹੋ ਗਿਆ, ਬਾਕੀ ਸੌਦੇ ਸਸਤੇ ਹੋ ਗਏ ਨਾ। ਮਿਰਚਾਂ ਵੇਖਾ 300 ਹੈ, 60 ਰੁਪਏ ਕਿਲੋ ਹੈ। ਮਾਸ਼ਾਅੱਲਾ ਜੀ, ਸਾਗ ਦਾ ਵੀ ਪੁੱਛਣਾ ਕਿ ਸਾਗ ਦਾ ਕੀ ਰੇਟ ਹੈ? 150 ਰੁਪਏ ਤੜੀ, 150 ਰੁਪਏ ਤੜੀ ਸਾਗ। ਧਨੀਆ, ਧਨੀਆ ਦਾ ਕੋਈ, ਗਰਮੀ ਵੀ ਬੜੀ ਹੈ, ਲੋਕ ਮਾਸ਼ਾਅੱਲਾ ਬੈਠੇ ਹੋਏ ਨੇ। ਧਨੀਆ ਲਾਲਾ, ਧਨੀਆ ਦਾ ਰੇਟ ਕੀ ਹੈ? 150 ਦਾ ਕਿਲੋ। ਅੱਜ ਤਾਂ ਕੰਮ ਸਸਤਾ ਲਾਇਆ ਹੈ, ਅੱਜ ਜ਼ਿਆਦਾ ਆ ਗਿਆ ਸੀ। ਗਾਹਕ ਹੀ ਕੋਈ ਨਹੀਂ ਹੈ, ਮੰਡੀ ਭਰੀ ਹੋਈ ਗਾਹਕਾਂ ਨਾਲ, ਤੇ ਕਹਿੰਦਾ ਗਾਹਕ ਕੋਈ ਨਹੀਂ। ਇਹ ਕੀ ਗੱਲ, ਇਹੋ ਹੀ ਵੇਖ ਲਵੀ, ਥੋੜਾ ਸ਼ਾਰਟ ਹੋਣ ਦੇ, 2 ਮਿੰਟਾਂ ਬਾਅਦ ਇਹੋ ਹੀ 400 ਤੇ ਚਲਾ ਜਾਣਾ। ਅੱਛਾ, ਕਿੰਨੇ ਦੀ ਸਰ, ਕੀ ਰੇਟ ਹੈ ਤੋਰੀ ਦਾ? 400 ਰੁਪਏ ਤੜੀ ਤੋਰੀ। ਲਾਲਾ ਚੰਗਾ ਕੀ ਆ, ਕੀ ਰੇਟ ਹੈ? 350 ਰੁਪਏ। ਮਾਸ਼ਾਅੱਲਾ ਵੇਖੋ ਨਾ, ਆਵਾਮ ਵੀ ਬੜੀ ਹੈ, ਸੌਦੇ ਵੀ ਬੜੇ ਨੇ, ਆਵਾਮ ਵੀ ਬੜੀ ਹੈ।